ਮਲੋਟ ਦੇ ਕ੍ਰਿਸ਼ਨਾ ਨਗਰ ਵਾਸੀ ਦੇ ਇੱਕ ਵਿਅਕਤੀ ਵੱਲੋਂ ਅੱਜ ਸਵੇਰੇ ਗਿੱਦੜਬਾਹਾ ਮਲੋਟ ਰੋਡ 'ਤੇ ਸਥਿਤ ਜੁੜਵਾ ਨਹਿਰਾਂ 'ਚ ਰਾਜਸਥਾਨ ਫੀਡਰ ਵਿੱਚ ਛਲਾਂਗ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਲੋਟ ਦੇ ਵਾਰਡ ਨੰਬਰ 4 ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਉਰਫ ਹੈਪੀ ਨੇ ਆਪਣੀ ਐਕਟਿਵਾ ਨੂੰ ਨਹਿਰ ਦੇ ਕਿਨਾਰੇ ਖੜ੍ਹਾ ਕਰਕੇ ਬਾਅਦ ਵਿੱਚ ਖੁਦ ਨਹਿਰ 'ਚ ਛਲਾਂਗ ਲਗਾ ਦਿੱਤੀ, ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਉਹ ਸਫਲ ਨਹੀਂ ਹੋ ਸਕੇ ਅਤੇ ਦੇਖਦਿਆਂ ਹੀ ਦੇਖਦਿਆਂ ਉਕਤ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਸੁਰੇਸ਼ ਕੁਮਾਰ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ। ਦੂਜੇ ਪਾਸੇ ਥਾਣਾ ਗਿੱਦੜਬਾਹਾ ਦੇ SHO ਧਰਮਪਾਲ ਨੇ ਮੌਕੇ 'ਤੇ ਪਹੁੰਚ ਕੇ ਐਕਟਿਵਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਨੌਜਵਾਨ ਦੀ ਤਲਾਸ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੋਤਾਖੋਰਾਂ ਨੂੰ ਬੁਲਾ ਕੇ ਸੁਰੇਸ਼ ਕੁਮਾਰ ਦੀ ਭਾਲ ਕੀਤੀ ਜਾਵੇਗੀ। ਬਿੱਲੂ ਸਿੰਘ ਆ ਜੀ, ਗੱਲ ਜੀ, ਮੈਂ ਤਾਂ ਨਹਿਰ ਰੁੜਦਾ ਬੰਦਾ ਦੇਖਿਆ, ਉਹਨੂੰ ਮੈਂ ਮੌਕਾ ਉਹਦੀ ਜਾਨ ਬਚਾਉਣ ਖਾਤਰ ਮੌਕਾ ਫੜਾਉਣ ਦੀ ਕੋਸ਼ਿਸ਼ ਕੀਤੀ, ਉਹ ਮੇਰੇ ਵਿਹਨਾ ਬਹਿ ਗਿਆ ਜੀ। ਬਸ ਆਹ ਚੀਜ਼ ਦੇਖੀ ਹੈ, ਹਾਂ ਨਹਿਰ ਦੇ ਵਿੱਚ ਚਲਾ ਗਿਆ, ਮਾਰਦਾ ਸੀਗਾ ਜੀ, ਮਾਰਦਾ ਸੀ, ਹਾਂਜੀ ਹਾਂਜੀ। ਆ ਬਸ ਹੋ ਗਿਆ ਜੀ, ਘੰਟਾ ਕੁ ਹੋ ਗਿਆ ਬਸ। ਰਕੇਸ਼ ਕੁਮਾਰ ਨੇ ਸਲਾਹ ਦਿੱਤੀ ਆ ਜੀ ਆ ਕੇ, ਵੀ ਉਹਦਾ ਭਰਾ ਦੂਜਾ ਸੁਰੇਸ਼ ਕੁਮਾਰ ਸਾਨੂੰ ਹਵੇਦ ਪ੍ਰਕਾਸ਼ ਕੌਮ ਅਰੋੜਾ ਵਾਸੀ ਵਾਰਡ ਨੰਬਰ 4 ਮਲੋਟ, ਐਕਟਿਵਾ ਨੰਬਰ ਹੈਗਾ ਜੀ PB10EK 3146, ਉਮਰ 40 ਸਾਲ ਜੀ, ਘਰੋਂ 11:15 ਆਇਆ ਜੀ ਅਤੇ ਆ ਕੇ ਉਹਨੇ ਛਾਲ ਮਾਰਤੀ ਸੁਸਾਈਡ ਕਰਨ ਦੀ ਨੀਤ ਨਾਲ ਜੀ। ਨਹੀਂ ਜੀ, ਅੱਜ ਕਾਰਨਾਂ ਪਤਾ ਨਹੀਂ, ਪੜਤਾਲ ਕਰ ਰਹੇ ਹਾਂ ਜੀ, ਜਿਵੇਂ ਕੋਈ ਪਤਾ ਲੱਗਿਆ ਉਹ ਤੁਹਾਨੂੰ ਦੱਸ ਦਾਂਗੇ। ਸਰ ਤਲਾਸ਼ ਦੇ ਵਿੱਚ ਕਿੱਦਾਂ ਦਾ ਬਣਾਇਆ ਜਾ ਰਿਹਾ ਸਰ, ਗੋਤਾਖੋਰ ਵਗੈਰਾ ਬੁਲਾਏ ਗਏ? ਗੋਤਾਖੋਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਜੀ ਅਤੇ ਗੋਤਾਖੋਰ ਹੋਰ ਜਿਹੜਾ ਕੋਈ ਸੰਭਵ ਸਾਰੇ ਯਤਨ ਕਰ ਰਹੇ ਹਾਂ ਜੀ ਇਹਦੀ ਤਲਾਸ਼ ਵਾਸਤੇ ਜੀ। ਸਰ ਐਕਟਿਵਾ ਜਿਹੜੀ ਬਰਾਮਦ ਹੋਈ ਹੈ ਉਹਦੇ 'ਚ ਕੋਈ ਸੁਸਾਈਡ ਨੋਟ ਮਿਲਿਆ? ਨਾ ਜੀ, ਨਾ ਕੁਛ ਨਹੀਂ ਮਿਲਿਆ, ਚੈੱਕ ਕਰ ਲਿਆ ਸਾਰਾ ਕੁਛ ਜੀ, ਕੋਈ ਸੁਸਾਈਡ ਨੋਟ ਮਿਲਿਆ ਜੀ? ਕੁਛ ਨਹੀਂ ਮਿਲਿਆ ਜੀ। ਹਾਂ ਵਾਰਸ ਨਹੀਂ ਦੱਸਦੇ ਸਾਰੇ, ਅੱਡ ਅੱਡ 4 ਭਰਾ ਨੇ, 4 ਅੱਡ ਅੱਡ ਰਹਿੰਦੇ ਆ ਜੀ, ਅਤੇ ਉਹਦੇ ਵੀ ਸਾਨੂੰ ਤਾਂ ਬਾਰੇ ਕੋਈ ਪਤਾ ਲੱਗਾ, ਇਹ ਤਾਂ ਬਾਅਦ 'ਚ ਪੜਤਾਲ ਲੱਗੇਗੀ, ਜਿਵੇਂ ਪੜਤਾਲ ਹੋਊ ਦੱਸ ਦਾਂਗੇ ਬਾਅਦ 'ਚ। ਗਿੱਦੜਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ, ਪੰਜਾਬ ਟੂਡੇ।